एक बहुत ही ईमानदार अति सच्ची सुची शख्सियत दे मालिक सरदारनी सुरजीत कौर जी पिछले दिन अपने स्वासां दी पूंजी नूं खर्चते हुए परमात्मा दे चरणां विच जा बिरा जी। उन्हां दी याद विच एक धार्मिक समागम दा आयोजन उन्हां दे समूह परिवार वल्लों जिन्हां विच एक्स कैबिनेट मिनिस्टर पंजाब सरदार सुरिंदर पाल सिंह गिल, अमृतपाल सिंह गिल, अनीता गिल, रीमन गिल, राबिया गिल अते उन्हां दे समूह परिवार वल्लों उन्हां दे निवास स्थान थम्मणवाल फार्म्स पिंड थम्मणवाल नेड़े बिलगा जिला जलंधर विखे करवाया गया, जिस विच रागी सिंह वल्लों कीर्तन दी हाजरी लगवाई अते आईयां होईयां समूह संगतां नूं उस परम पिता परमात्मा दे चरणां नाल जोड़िया। सरदारनी सुरजीत कौर जी बहुत ही नेक ख्यालां वाले अते परमात्मा नूं मनण वाले शख्सियत सन। आप जी बहुत ही मिठी बोली दे मालिक सन अते अपनी मिठी बोली नाल हर एक नूं अपनी तरफ खिंचण दी शक्ति आप जी विच मौजूद सी। आप जी गरीबां अते दीन दुखियां दे मसीहा सन अते हमेशा ही हर एक दी मदद लई त्यार बर त्यार रिहा करदे सन। सरदारनी सुरजीत कौर जी हमेशा ही अपने पति दे कंधे नाल कंधा मिला के चले अते अपने पति सरदार सुरिंदरपाल सिंह गिल हुणां दी उन्नति विच आप जी दा उग्गा योगदान सी। सरदार सुरिंदरपाल सिंह जी हुणां दा सारा जीवन राजनीतिक जीवन रहा, जिस करके आप जी दे घर बहुत सारे लोकां दा आउणा जाणा लग्या रहिंदा सी अते उन्हां दी सेवा तनो मनो अते तनो करनी सरदारनी सुरजीत कौर हुणी अपना फर्ज समझदे सन। आप जी ने अपने बच्चियां नूं चंगे संस्कार दित्ते, पढ़ाया लिखाया अते समाज दे चंगे नागरिक बनाया। अज आप जी दे बेटे इस देश दी धरती दे नाल नाल विदेशां दी धरती ते वी अपने माता जी दे नाम नूं चार चंद लगा रहे हन। सरदारनी सुरजीत कौर हुणां नूं उस समय गहरा सदमा लगा जदों आप जी दे बेटे आप जी नूं विछोड़ा दे गए, पर फिर भी आप जी ने हिम्मत ना हारी अते परमात्मा दा भाणा मनदे हुए ए सब कुछ स्वीकार कीता। सरदारनी सुरजीत कौर जी बहुत ही उच्ची सोच वाले अते नेक दिल इंसान सन।
ਕੱਟ ਕੱਲੀਆਂ ਹੀੜੀਆਂ ਜਿੱਥੇ ਆਵ ਕੱਟ ਕੱਲੀਆਂ ਭੀੜੀਆਂ ਜਿੱਥੇ ਹਰ ਹਰ ਮੁਕਤ ਕਰਾਏ Yeah.
ਖਜ਼ਾਨੇ ਪਰ ਗੁਰੂ ਕਰਨੇ
ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ ਕਰਨੀਆਂ, ਸਰਬੱਤ ਸੰਗਤਾਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਗੁਰਬਾਣੀ ਦਾ ਜਪ ਕਰਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਮਾ ਕਰਨੀ ਜੀ, ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਭਾਣਾ ਮਨ ਦਾ ਬਲ ਬਖਸ਼ਿਸ਼ ਕਰੋ ਜੀ, ਕਰੋ ਕਿਰਪਾ ਸਹੀ ਪਿਆਰੇ ਜਿਨ੍ਹਾਂ ਦੇ ਮਿਲਿਆ ਜਾਂ ਨਾਮ ਕਿਤੇ ਹੋਵੇ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਸੋਰਠ ਮਹਲਾ ਪੰਜਵਾਂ ਘਰ ਦੂਜਾ ਮਾਦ ਕਰਮ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਆਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦ ਕਰਮ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਆਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕਰ ਸਿਰ ਮੋਰਾ ਈਆਂ ਉਹਾਂ ਤੁਹਾਰੋ ਧੂਰਾ ਰਹਾ ਕੀਤੇ ਕੋ ਮੇਰੇ ਸੁਮਨ ਕਰਨ ਹਾਰ ਤ੍ਰਿਣ ਜਨ ਤੂੰ ਦਾਤਾ ਮਾਗਣ ਕੋ ਸਗਲੇ ਦਾਨ ਦੇ ਪ੍ਰਭ ਭਾਨ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਆਚਰ ਜੇ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਅਣਦ ਪਿਆ ਪੇਖਦ ਹੇ ਨਾਨਕ ਪਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮੇ ਮਰਾਇਓ ਤੋ ਸੁਣੀ ਤੁਮਾਰੇ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਕੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾ ਕਰ ਸਕੇ ਉੱਠੀ ਜਾਏ ਮੁਖਵਾਤਮਾ ਸਾਰ। ਬੀਬੀ ਸੁਰਜੀਤ ਕੌਰ ਤਨ ਪਤਨੀ ਸ੍ਰੀ ਸੁਖਪਾਲ ਸਿੰਘ ਧੰਮਵਾਲ ਸਾਹਿਬ ਉਹ ਆਪਣੇ ਜ਼ਿੰਦਗੀ ਦੇ 87 ਸਾਲ ਪੂਰੇ ਪੈਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਯਾਦ ਰੱਖਦੇ ਹਨ। ਸੋ ਉਹਨਾਂ ਦੀ ਯਾਦ ਵਿੱਚ ਅੱਜ ਆਪਾਂ ਬੈਠੇ ਉਸ ਗੁਰਬਾਣੀ ਦਾ ਆਸਰਾ ਲੈ ਰਹੇ ਹਾਂ ਜਿਹੜਾ ਕਿ ਸਾਰਿਆਂ ਦੇ ਹਿਰਦੇ ਠਾਕ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਾਗੀ ਸਿੰਘਾਂ ਨੇ ਵਿਰਾਗ ਦਾ ਕੀਰਤਨ ਕਰਕੇ ਸਾਡੇ ਦਿਲਾਂ ਨੂੰ ਠੋਣਾ ਦਿੱਤਾ ਹੈ ਕਿਉਂਕਿ ਜੋ ਸੱਚਾਈ ਹੈ ਉਹ ਸਾਰਿਆਂ ਨੂੰ ਪਰਿਪਾਲ ਮਿਲਦਾ ਹੈ। ਬੀਬੀ ਜੀ 56 ਸਨ ਦੇ ਵਿੱਚ ਇਸ ਪਿੰਡ ਦੇ ਵਿੱਚ ਪਿੰਡ ਥੰਮਣਵਾਲ ਵਿਖੇ ਪਿੰਡ ਕਾਮਾ ਤੋਂ ਇੱਕ ਖਾਨਦਾਨੀ ਪਰਿਵਾਰ ਮਾਨ ਪਰਿਵਾਰ ਵਿੱਚੋਂ ਆਏ ਅਤੇ ਇਸ ਖਾਨਦਾਨੀ ਪਰਿਵਾਰ ਨਾਲ ਜੁੜੇ। ਕੋਈ ਵੀ ਇਨਸਾਨ ਇਸ ਚੀਜ਼ ਤੋਂ ਬੜਾ ਤਰੱਕੀ ਨਹੀਂ ਕਰ ਸਕਦਾ। ਅੱਜ ਜੋ ਆਪਾਂ ਦੇਖਦੇ ਹਾਂ ਕਿ ਥੰਮਣਵਾਲ ਸਾਹਿਬ ਨੇ ਤਰੱਕੀ ਦੀ ਬੁਲੰਦੀਆਂ ਛੂਹੀਆਂ, ਇਹਦੇ ਪਿੱਛੇ ਇਹਨਾਂ ਦੀ ਮਾਤਾ ਜੀ, ਇਹਨਾਂ ਦਾ ਸਾਰਾ ਪਰਿਵਾਰ ਅਤੇ ਬੀਬੀ ਦਾ ਬਹੁਤ ਵੱਡਾ ਹੱਥ ਹੈ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਥੰਮਣਵਾਲ ਸਾਹਿਬ ਬੜੇ ਅਨੁਸ਼ਾਸਨੀ ਇਨਸਾਨ ਹਨ ਅਤੇ ਜਿਹੜੇ ਅਨੁਸ਼ਾਸਨੀ ਇਨਸਾਨ ਹੁੰਦੇ ਹਨ ਉਹਨਾਂ ਦੀ ਸਖ਼ਤ ਸੁਭਾਅ ਵੀ ਕਰਦਾ ਹੈ ਅਤੇ ਸਾਨੂੰ ਪਤਾ ਹੈ ਵੀ ਇਹਨਾਂ ਦੇ ਅਨੁਸ਼ਾਸਨ
मुख रखता है हरेक ने चाहे वह भरा सी चाहे इन्होंने धन पत्नी सी चाहे इन्होंने बच्ची सारिया ने इन्होंने बड़ा ही सत्कार किया और सानू पता है कि बीबी जी 11-11 बजे तक उन्होंने इंतजार करते रहते क्योंकि थमा सबका यह सुभा है कि जो लंघते हो फिर रास्ते में कोई भी अपना सज्जन मित्र होना की खास होगी भी अपन मिलकर जाए तो मैं ज़्यादा लंबा ना जाता हो असी सारे आप अरदास कट्ठे हो अंतम अरदास नहीं कह सकते क्योंकि अरदास तो आप हर वे करते रहना है कि उन्होंने आत्मा परमात्मा अपने चरणों में थान दे अपने को बहुत सारे सज्जन राजनीतिक जी श्री तो वकील साहबान जज साहबान होर अफसरान पिंडा के पंच सरपंच चेयरमैन साहबान सारे आए हैं सारे असं टाइम नहीं दे सकते असं माफ़ी चाहवे सारे माफ़ी मांगते हैं तो सब तो पहला मैं इस परिवार का स्नेह रखने वाले एक नामवर हस्ती जी कि इंटरनेशनल लैवल से भी जानी जाती है सरदार सरदारा सिंह जौहल जिन्हों का कि इस परिवार का बड़ा नेड़े का संबंध रहा वो अपने शरदा के फुल भेट करेंगे सरदार सरदारा सिंह जी जौहल जेडे कि 2-3-4 बार प्रधानमंत्री के सलाहकार भी रहे हैं एक बहुत वधिया कॉन्वेंशन अंतरराष्ट्रीय लैवल है और यूनिवर्सिटिया के चांसलर भी रहे हैं और इस उम्र के अपने जोड़े है विचार अपने जोड़े सेध देंगे रेंगे है वो आ के परिवार का दुख साझा करे मैं उन्होंने बेनती करना वो आने शरदा के फुल भेट कर इस तो बाद सरदार गुरप्रताप सिंह जी वडाला वो भी आए ने सुहलका खुद के MLA साहब आन हैं बड़ी अफसोस की घड़ी है कि दस रविंद्र पातशाह जी धर्म पत्नी का अज उन्होंने विछोड़ा पाया है ये एक बहुत दुखदायी घटना है इस उम्र के साथी की जोर ज़्यादा होती है छोटी उम्र वालों और मैं देखता हाँ कि साढ़े को दुराहे 350 बुजुर्ग ने जिन्होंने मैं तकरीबन हर हफ्ते मिलता जा के और जो कले कले लोग ने उन्होंने जिंदगी जी बड़ी औखी जी हो जाती है एको बच्चे होंगे उन्होंने अपना काम करना होंगे वो बिजी होंगे बड़ी गल सवेरे ये कह देंगे बाबा जी सत श्रीकाल तो शाम को आके फिर कह देंगे बाबा जी सत श्रीकाल उदू का कोई सांझ भी नहीं होंगी तो उन्होंने को वक्त भी नहीं होंगे तो जिंदगी ऐसी अपनी तेज चल रही है अच्छा कुछ वक्त करना बहुत औखा तो मैं सारे इस इलाके के सभी हुए हो सार सिंह पातशाह जी की देन है किसी भी इस इलाके तो मैं इन्होंने एक मिनिस्टर के तौर पर देखा बहुत प्यारी पर्सनैलिटी है इस करके सारे ही जो सज्जन ने इतने कट्ठे होकर आए हैं और अंतम अरदास भी पासे शामिल हुए हैं थोड़ा इसका बहुत धन्यवाद मैं एक जानना जी के दिन साधी का एक शेर है इनका साधिया मरदे भी नाम नीर धरगस मुद्दा आनस इनामश पिंड कोई न बने ये कहना नेक नाम इंसान जरा कभी नहीं मरता मुद्दा तो वह होंगे है जो किसी नेकी जोड़ के नाम ना लिया जाए सो एक नेक फैमिली है नेक सज्जन ने नेक बीबी सी ये याद में आप सारे इकट्ठे हुए हैं तो अरदास करते हैं कि सच्चे पातशाह इस पवित्र आत्मा अपने चरण रखने वास्ते और मर्द जीवन के जीवन मर्ग के चक्कर चौकर और इस पीस और आराम और बख्शी जिसका कि इस आत्मा आपने जीवन सो इन्होंने शब्दों के बाद मैं फिर सारा धन्यवाद करना
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਸਰਦਾਰ ਹਰਦੇਵ ਸਿੰਘ ਜੀ ਰਾਜੀ ਜੀ ਨੂੰ, ਜੋ ਕਿ ਹਲਕਾ ਸ਼ਾਹਕੋਟ ਦੇ MLA ਸਾਹਿਬ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਸ਼ਰਧਾ ਦੇ ਸਤਿ ਭੇਟ ਕਰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਜੀ ਪਿਉਣ ਪੇਟੀ ਗੁਰੂ ਪਿਆਰੀ ਸਾਹਿਬ ਸਾਹਿਬ ਜੀਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਅੱਜ ਅਸੀਂ ਦੇਖਿਆ ਤੇ ਆਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਤਿ ਉੱਠ ਜਾਏ ਦੇ ਮਹਾਂਵਾਰਨ ਸਾਹਿਬ ਸਾਡੇ ਬਹੁਤ ਹੀ ਸਤਿਕਾਰ ਵਿੱਚ ਸਾਡੇ ਤਾਈ ਜੀ ਸਰਜੀਤ ਕੌਰ ਜੀ, ਜਿਹੜੀ ਪਰਮਾਤਮਾ ਨੂੰ ਦਿੱਤੀ ਹੋਈ ਅਰਥ ਭੋਗ ਕੇ ਪਰਮਾਤਮਾ ਦੇ ਚਰਨਾਂ ਵਿੱਚ ਆ। ਮੈਂ ਸਮਝਦਾ ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਅਤੇ ਲਾਤਿਆਂ ਵਾਸੀਆਂ ਨੂੰ ਬੜਾ ਕਿਹਾ ਸਹਾਇਤਾ ਪਾਣਾ ਵਾਪਰਿਆ ਇਹ ਜਿਹੜਾ ਨਾਂ ਪੂਰਾ ਹੋਣਾ, ਕਿਉਂਕਿ ਇਹ ਉਹ ਸਿੱਖੀਅਤ ਬਹੁਤ ਉੱਚੀ ਅਤੇ ਸੁੱਚੀ ਸੀ। ਉਹਨਾਂ ਨੇ ਇਹ ਧਰਮ ਜਿਹੜਾ ਉਹਨਾਂ ਦਾ ਸੀ ਉਹਨਾਂ ਨੇ ਪੂਰਾ ਨਿਭਾਇਆ। ਸਾਡੇ ਬਹੁਤ ਹੀ ਸਤਿਕਾਰ ਸਾਡੇ ਬਜ਼ੁਰਗ ਸਾਹਿਬ ਸੁਰਿੰਦਰਪਾਲ ਸਿੰਘ ਜੀ ਥੰਮਾਨਾਲ ਸਾਹਿਬ ਬੈਠੇ ਆ, ਉਹਨਾਂ ਦੇ ਜੀਵਨ ਸਾਥੀ ਬਣ ਕੇ ਇਸ ਪਰਿਵਾਰ ਲਈ, ਥੰਮਾਨਾਲ ਪਰਿਵਾਰ ਲਈ, ਸਾਡੇ ਪੂਰੇ ਇਲਾਕੇ ਲਈ, ਸਮਾਜ ਲਈ ਜੋ ਉਹਨਾਂ ਨੇ ਕੀਤਾ, ਮੈਂ ਸਮਝਦਾ ਉਹ ਆਪਾਂ ਦੇਣ ਨਹੀਂ ਦੇ ਸਕਦੇ। ਜਦੋਂ ਇਸ ਪਰਿਵਾਰ ਦੀ ਆਪਾਂ ਗੱਲ ਕਰਦੇ ਹਾਂ ਇਹ ਸਾਡੇ ਪੂਰੇ ਪੰਜਾਬ ਦਾ ਤਾਂ ਨਾਮਦਾਰ ਪਰਿਵਾਰ ਹੈ, ਅਤੇ ਦੁਆਬੇ ਦੇ ਵਿੱਚ ਜੇ ਖੇਤੀ ਦੇ ਵਿੱਚ ਸਾਨੂੰ ਕੋਈ ਸੇਧ ਦਿੱਤੀ ਆ ਤਾਂ ਸਾਧ ਜੀ ਨੇ, ਸਾਡੇ ਸਰਕਾਰ ਜੋ ਮਾਤਾ ਜੀ ਦੇ ਜਿਹੜਾ ਇਹਨਾਂ ਦਾ ਸਹਿਯੋਗ ਸੀ, ਇਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਜਿਹੜਾ ਬਹੁਤ ਖੇਤੀ ਦੇ ਵਿੱਚ ਇਨਕਲਾਬ ਲੈ ਕੇ ਆਉਂਦਾ ਸੀ ਕਿਸੇ ਸਮੇਂ, ਜਦੋਂ ਉਦੋਂ ਕੋਈ ਸਾਧਨ ਨਹੀਂ ਸੀ, ਜਦੋਂ ਅੱਜ ਤਾਂ ਬਹੁਤ ਸਾਇੰਸ ਅੱਗੇ ਤਰੱਕੀ ਕਰਕੇ ਉਸ ਸਮੇਂ 'ਚ ਇੱਕ ਨਾਮਵਰ ਜਿਹੜੀ ਇਲਾਕੇ ਦੇ ਵਿੱਚ ਥੰਮਾਨਾਲ ਪਰਿਵਾਰ ਸੇਧ ਦੇ ਪੱਖੋਂ ਅਸੀਂ ਸਾਰੇ ਬੜੇ ਬੱਚੇ ਛੋਟੇ ਛੋਟੇ ਹੁੰਦੇ ਸੀ ਜਦੋਂ ਇਹਨਾਂ ਪਰਿਵਾਰਾਂ ਤੋਂ ਇਹਨਾਂ ਬਜ਼ੁਰਗਾਂ ਤੋਂ ਕੁਝ ਸਿੱਖਿਆ। ਸੋ ਮੈਂ ਸਮਝਦਾ ਜਦੋਂ ਇਹੋ ਜਿਹੀ ਰੂਹ ਜਾਂਦੀ ਪਰਿਵਾਰ ਦੇ ਵਿੱਚੋਂ ਤਾਂ ਬਹੁਤ ਵੱਡਾ ਘਾਟਾ ਪੈਂਦਾ। ਪਹਿਲਾਂ ਵੀ ਬੇਪਕ ਸਮੇਂ 'ਤੇ ਸਾਡਾ ਵੀਰ ਚਲਾ ਗਿਆ ਸੀ, ਉਦੋਂ ਵੀ ਇਸ ਪਰਿਵਾਰ ਨੂੰ ਬੜਾ ਵੱਡਾ ਇੱਕ ਦੁਖਾਂਤ ਵਾਪਰਿਆ ਸੀ। ਸੋ ਅੱਜ ਉਹਨਾਂ ਦੇ ਜਾਣ ਨਾਲ ਮੈਂ ਸਮਝਦਾ ਭਾਵੇਂ ਉਮਰ ਭੋਗ ਕੇ ਗਏ, ਪਿਛਲੇ ਸਮੇਂ ਥੋੜ੍ਹਾ ਬਿਮਾਰ ਰਹੇ, ਪਰ ਇਹ ਸੀ ਵੀ ਜਿਹੜੀ ਆਪਣੀ ਜਾਣ ਦਾ ਸਫ਼ਰ ਉਹਨਾਂ ਦਾ ਜਿਹੜਾ ਸੀ ਉਹ ਤਾਂ ਸਮਾਂ ਪਰਮਾਤਮਾ ਲਾਉਣ। ਆਪਾਂ ਜਦੋਂ ਵੀ ਕੋਈ ਪ੍ਰਾਣੀ ਸੰਸਾਰ ਦੇ ਵਿੱਚ ਆਉਂਦਾ ਉਹਦਾ ਸਮਾਂ ਸਥਾਨ ਨਿਸ਼ਚਿਤ ਹੈ, ਉਸ ਤੱਕ ਅਸੀਂ ਇੱਕ ਵੀ ਸਵਾਸ ਨਹੀਂ ਭੋਗ ਸਕਦੇ। ਅੱਜ ਸਾਰਿਆਂ ਨੇ ਆਪਾਂ ਅੰਤਿਮ ਅਰਦਾਸ ਦੇ ਵਿੱਚ ਜੁੜ ਬੈਠ ਰਹੇ, ਉਹਨਾਂ ਦੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ। ਸੋ ਅੱਜ ਮੈਂ ਸਮਝਦਾ ਸਾਡੇ ਸਤਿਕਾਰਯੋਗ ਥੰਮਾਨਾਲ ਸਾਹਿਬ ਬੈਠੇ ਆ, ਉਹਨਾਂ ਦਾ ਸਾਥੀ ਦਾ ਜਾਣਾ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਘਾਟਾ, ਪਰ ਉਹਨਾਂ ਦੇ ਜਿਹੜੀ ਵਿਲ ਪਾਵਰ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਦੱਸਣ ਦੀ ਲੋੜ ਨਹੀਂ। ਉਹਨਾਂ ਦੇ ਵਿੱਚ ਬੜੀ ਵਿਲ ਪਾਵਰ ਆ, ਉਹਨਾਂ ਨੇ ਜਦੋਂ ਵੀ ਕੋਈ ਕੰਮ ਕੀਤਾ ਸਾਡੇ ਮਾਤਾ ਜੀ ਦਾ ਸਹਿਯੋਗ ਸੀ, ਆਪਣੀ ਵਿਲ ਪਾਵਰ ਨਾਲ ਹਮੇਸ਼ਾ ਅੱਗੇ ਵਧੇ ਆ। ਉਹੋ ਹੀ ਵਿਲ ਪਾਵਰ ਨਾਲ ਅੱਗੇ ਇਹ ਆਪਣੇ ਜਿਹੜਾ ਸਫ਼ਰ ਆ ਅਗਲਾ ਅੱਗੇ ਲੈ ਕੇ ਜਾਣਗੇ। ਸੋ ਮੈਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਪਰਮਾਤਮਾ ਬਖਸ਼ਣ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਹਨਾਂ ਦੀ ਜਿਹੜੀ ਪਿਛਲੇ ਸਮੇਂ ਸਿਹਤ ਵੀ ਖਰਾਬ ਹੋਈ ਸੀ, ਪਰਮਾਤਮਾ ਨੇ ਕਿਰਪਾ ਕੀਤੀ, ਦੁਬਾਰਾ ਫਿਰ ਇਹਨਾਂ ਨੂੰ ਤੰਦਰੁਸਤੀ ਦਿੱਤੀ ਪਰਮਾਤਮਾ ਨੇ, ਹੋਰ ਇਹਨਾਂ ਨੂੰ ਲੰਬੀ ਆਯੂ ਬਖਸ਼ਣ। ਅਤੇ ਜਿਹੜਾ ਇਹ ਪਾਣਾ ਵਾਪਰਿਆ ਇਹ ਆਪਾਂ ਸਾਰਿਆਂ ਨੂੰ ਸਹਿਣ ਦਾ ਫਲ ਬਖਸ਼ਣ ਪਰਮਾਤਮਾ। ਬਹੁਤ ਵੱਡਾ ਇਹ ਘਾਟਾ, ਇਹ ਨਾ ਪੂਰਾ ਹੋਣ ਵਾਲਾ ਘਾਟਾ। ਮੈਂ ਇੰਨਾ ਕੁਛ ਕਹਿੰਦਾ ਹੋਇਆ ਆਪਣੇ ਸ਼ੇਰ ਵਾਲੀਆਂ ਪਰਿਵਾਰ ਨੂੰ, ਆਪਣੇ ਸਾਰੇ ਸਾਥੀਆਂ ਨੂੰ, ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਪਰਮਾਤਮਾ ਸਾਡੇ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੰਨੀ ਬੇਨਤੀ ਕਰਦਾ ਹੈ ਸਾਰੀ ਸੰਗਤ ਤੋਂ ਫੇਮਾ ਦਾ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
बेनती की कि थम्मण वाला परिवार चाहे वह समाजिक गतिविधियां हो चाहे राजनीतिक हो चाहे धार्मिक हो उन्होंने सारा चल चलता रहा तो सहयोग साढ़े चाची जी से इस तरह ही यह गुरु नानक मिशन मेडिकल एंड एजुकेशन ट्रस्ट जिस्टर टाह कलेरा भी थम्मण वाला साहब जुड़े हुए हैं उन्होंने भी सेवा निभा रहे हैं उन्होंने वालों शोक मता भी आया है असं उन्होंने धन्यवाद करते हैं। इस तरह ही गुरु नानक खालसा गर्ल्स कॉलेज बाबा संत केसिया इन्होंने भी ये वाइस प्रेजिडेंट हैं इन्हें इतनी भी सेवा निभा रहे हैं तो ये सारिया सेवावान एक दूजे के सहयोग ना हो गए परिवार का तो नहीं लगियाँ सो उन्होंने वालों भी कॉलेज के विद्यार्थियों प्रिंसीपल स्टाफ सारे वालों शोक सुनया प्राप्त होया है असं उन्होंने भी बहुत बहुत धन्यवाद करते हैं। होर भी असं जिन्होंने नहीं टाइम दे सके मैं उन्होंने सारे को माफ़ी चाहना है। हूँ मैं अखीर मैं बेनती करा सरदार गुरु प्रताप सिंह जी बनाया कि श्रद्धा फुल भेंट कर आई संगत का धन्यवाद कर। वाहेगुरु जी का खालसा वाहेगुरु साहिब श्री गुरु ग्रंथ साहब जी की पावन पवित्र हजूरी माता जी की अंतम अरदास में जुड़ के बैठी गुरु प्यारी गुरु सवारी सतसंग जीओ गुरु फतेह प्रवान करो वाहिगुरु जी का खालसा वाहिगुरु जी की फतेह। गुरमुख जन्म सवार दरगे चलिया सच्ची दरगे जाए सच्चा पिड़ मलिया। अपा सारियां नूं अपने परिवार नूं इस फानी संसार नूं सदा वास्ते अलविदा कह के सारियां दे बड़े सत्कारयोग माता जी सरदारनी सुरजीत कौर जी गुरु चरणां विच जा बिराजे हन अते आपां सारे ही उहनां दी अंतम अरदास विच गुरु ग्रंथ साहिब अगे हाजरी दिवा रहे हां। बड़ा बड़ा दुख आ बहुत ही गहरा सदमा सारे थम्मण वाल परिवार लई रिश्तेदारां लई ते अपने सब लई जाना आपां सब ने है इस दुनिया नूं छड के जो आया सो चल सी सब को आई मारी है लेकिन इंसान दे जान तो बाद बहुत वड्डा खला पैदा हुंदा है चाहे उम्र लंबी भी माता जी नूं मिली बहुत चंगी जिंदगी भोग के गए पर उन्हां दा जिहड़ा खला है वह कभी ना भरिया ते ना कभी भरना रहिंदी दुनिया तक। मावां बारे बहुत कुछ आपां कह सकते हैं मावां सारे जग दियां साझियां हुंदियां ने। गुरु तेग बहादुर जी की वह गल उन्होंने जदों मावां बारे गल आखी दरबार साहब जदों गए आपां सारे इतिहास तो वाकफ हां कि उत्थे दे जिहड़े प्रबंधक सन उन्होंने दरवाजे बंद करते दरबार साहब दे ते उत्थे दियां माइयां आईयां अमृतसर दे पवित्र शहर दियां गुरु साहब को उन्होंने बेनती की असीं तुहाडी सेवा करांगे ते गुरु साहब ने आखिया माइयां रब रजाइयां एडी वड्डी गल उन्हां मावां बारे नवें पातशाह ने आखी कि तां रब रजाइयां ने इन्हां दे दा सदा ही परमात्मा दी गुरु साहब दी मेहर सदा ही रहिंदी है। जौल साहब ने बहुत उच्चियां गल आखियां परिवार प्रति उन्हां तों बाद कुछ गल कहण वाली रह नहीं जांदी नेकी दी गल कीती उन्हां ने बहुत लंबी हिस्ट्री है अपने परिवार की जे आपां जिक्र करिए जिवें लाडी जी दस के जा रहे गए ने दस रहे सन कि कहड़ी कहड़ी आपां शिफ्ट करिए गिल परिवार की थम्मण वाल फैमिली की करके ये परिवार सिख हिस्ट्री में इहदा नाम दर्ज है ते जिन्हां परिवारां दा सिख हिस्ट्री दे नाल संबंध आ उन्हां नूं सदा ही आपां उन्हां दी सिफत करदे हां उन्हां दी वडियाई करदे हां। माता जी ने थम्मण वाल साहब अपने बजुर्गां दे नाल अंकल जी नाल सारी लाइफ का जिहड़ा सफर बतीत कीता
बड़ी लंबी जर्नी सी लाइफ की, अजे लोड सी उन्हां दी बहुत, पर बड़ा मुश्किल भी आता है जदों खास तौर पर सियासी घरानियां विच अपनियां मातावां नूं अपनियां भैणां नूं विचरना पैंदा, औखा बहुत है, ये कहना बड़ा सौखा है करके। चलो इन्हां दा अपना करैक्टर, इन्हां दा अपना सुभाव, इन्हां दी अपनी सोच थिंकिंग, तमड़ा साहब दी बड़ा कुछ आप कह सकते हैं बारे, इन्हां दी अपनी फिलोसफी है लाइफ बारे अंकल जी दी, जिहड़ी आम किसी नाल मिलती नहीं रलती नहीं। आप कहने बड़ा शुद्ध आ, बड़ा साफ सुथरा आ, बड़ा नेक आ, जो जौल साहब कह के गए आ, यह होंगी है प्योरिटन थॉट, जिन्होंने आप प्योर कहने। कोई कोई इंसान होंगे जिसके अंदर प्योरिटन थॉट होते, तो वो नाल चलना एडजस्ट करना या सारी जिंदगी स्पेंड करनी ये काफ़ी मुश्किल है, पर माता जी ने किया। थमनाल साहब नू वड्डियां वड्डियां जिम्मेवारियां मिलियां, इन्होंने इलाके की जिम्मेवारी, पंजाब की जिम्मेवारी निभाई, मिनिस्टर भी रहे, कि तुम देख लो अज की जी पोलिटिकल क्लास आ, असी सारे उच्च आने, मेरा भरा भी उच्च आता है, तो साढ़े ते बहुत सारिया उंगलों उठदिया ने कि ये तो फलाने ने धमकड़े ने, चाहे चलो हम मैं वो गल नहीं करता बिकॉज ये समागम की पवित्रता हैगी है कि आप उधर नहीं जाते, पर एक गल तो सानू मननी पो कि थमनाल साहब एक रोल मॉडल वालों वजो पॉलिटिक्स अपना पोलिटिकल सफर निभा के गए ने। कोई उंगल नहीं कर सकता, कोई किसी तरह की गल नहीं आख सकता, यह भी बड़ी बड़ी गल है। अज तक कई बार कहने कि भरिया मेला छड़ जाना चाहिए सियासी बंदियां नूं, पर ये छड़दे नहीं, कुर्सी में ऐसा जफा पाते हैं, पर थमनाल साहब भरिया मेला भी छड़ गए। दस होर कि क्वालिटी चाहती है किसी व्यक्ति विच, किसी सोशल वर्कर विच, ते फिर ये पिछे हिस्ट्री जब आप देखते हैं बड़ी कॉमन सेइंग है कि आफ्टर एवरी सक्सेसफुल मैन देयर इज अ वुमन बिहाइंड हिम, ते वो फिर सगे अपने माता जी सरदारनी सुरजीत कौर जी, जिन्होंने सारी उम्र साथ दिता अंकल जी का, सारी उम्र इन्हां नाल मोढ़े नाल मोढ़ा ला के चले। लाइफ दीआं बड़ियां कंपलैक्सिटीज ने, यह लाइफ इन्नी सौखी नहीं, जे तां आपां इंजॉय करिए खुश रहिए ते आपां खेड़े मत्थे नूं सोचिए तो फिर तो सारी बहुत चंगी है, पर जदों अपने इस समां आउंदा है दुख का तकलीफ का या गम का, फिर उदों पता लगता है कि किवें आपां इह टाइम किवें पास करना है। औखा बहुत है, पर गुरु साहब शक्ति बख्शणगे। थमनाल साहब नूं असीं याद करदे हां, साडे बजुर्ग ने, बराड़ा साहब दे समकाली ने, उहनां दे साथी ने, भरा वर्गी इहनां दी सांझ सी बराड़ा साहब नाल, चाहे सियासी खेत्र विच या गुरु नानक नैशनल कॉलेज जिहड़ा बाबा संघ ढेसियां जिहदी इहनां ने बहुत लंबा समा सेवा कीती, थमनाल साहब ने बराड़ा साहब नाल, असी एवरी मोमेंट अपनी मदर नूं मिस करते हैं, एवरी मोमेंट असी अपने फादर नूं मिस करते हैं, बट किवें हाउ डू वी कैरी ऑन, किवें अपने आप नूं अगे तोड़दे हैं। वो थमनाल साहब बहुत सियाने ने कि जिहड़ी सोच आ अपने फादर्स दी, अपने मदर्स दी, सदा ही उहनूं अपने मन विच बसा के रखी दा, अपने दिल च रखी दा, नाल जोड़ के रखी दा, हर पल ते उहनां नूं याद करते हैं। उदन भी कहा अंकल जी ने कि कोई नहीं, चलो है बहुत मुश्किल आ, कहना सौखा है जो अपने ते बीती है पता उदो लगता है, पर वो जी माता जी की सोच सी, वो जी उन्होंने कमाई की, जी नेकी उन्होंने खटी, उ थमनाल साहब न अपनी जिंदगी के पलों में वो शक्ति देगी, इन्हों अगे लेके जाऊगी। इस तरीके नाल आपां सारे उस महान आत्मा नूं
ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ। ਮਾਵਾਂ ਬਾਰੇ ਬਹੁਤ ਕੁਝ ਆਪਾਂ ਕਹਿ ਸਕਦੇ ਹਾਂ। ਸਰਦਾਰ ਅੰਮ੍ਰਿਤਪਾਲ ਸਿੰਘ ਆਪਣਾ ਅਜ਼ੀਜ਼ ਜਿਹੜਾ ਬਹੁਤ ਪਿਆਰਾ, ਪਿੱਛੇ ਜਿਹੇ ਜਿਵੇਂ ਲਾਡੀ ਜੀ ਨੇ ਦੱਸਿਆ ਕਿ ਬੜੀ ਵੱਡੀ ਸੱਟ ਲੱਗੀ ਪਰਿਵਾਰ ਨੂੰ, ਫਿਰ ਉਹੀ ਹੈ ਕਿ ਇਹ ਜਿਹੜੀ ਜ਼ਿੰਦਗੀ ਹੈ ਇਹ ਦੁੱਖਾਂ ਦੀ ਵੀ ਹੈ, ਇਹ ਸੁੱਖਾਂ ਦੀ ਵੀ ਹੈ, ਇਹਦੇ ਵਿੱਚ ਵੀ ਆਪਾਂ ਨੂੰ ਨਿਕਲਣਾ ਪੈਂਦਾ। ਪਰ ਅੰਮ੍ਰਿਤਪਾਲ ਸਿੰਘ ਆਪਣਾ ਬਹੁਤ ਪਿਆਰਾ, ਬੜਾ ਲਾਡਲਾ ਅਜ਼ੀਜ਼ ਆ, ਅਤੇ ਉਹ ਮਾਂ ਉਹਨੂੰ ਲੱਭਣੀ ਨਹੀਂ, ਅਤੇ ਮਾਵਾਂ ਨੂੰ ਗੁਰੂ ਸਾਹਿਬ ਨੇ ਤਾਂ ਰੱਬ ਦਾ ਦਰਜਾ ਦਿੱਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਜੇ ਅਗਰ ਪਰਮਾਤਮਾ ਤੋਂ ਬਾਅਦ ਕਿਸੇ ਕੋਲ ਮਾਂ ਦਾ ਦਰਜਾ ਹੈ ਉਹ ਆਪਣੀਆਂ, ਕਿਸੇ ਕੋਲ ਰੱਬ ਦਾ ਦਰਜਾ ਹੈ ਉਹ ਆਪਣੀਆਂ ਮਾਵਾਂ ਕੋਲ ਅਤੇ ਆਪਣੇ ਬਜ਼ੁਰਗਾਂ ਕੋਲ ਹੈ। ਮਾਵਾਂ ਠੰਡੀਆਂ ਛਾਵਾਂ, ਅਤੇ ਜਦੋਂ ਚਲੇ ਜਾਣ ਫਿਰ ਛਾਵਾਂ ਕੌਣ ਕਰੇ, ਲੱਖ ਹੋਣਗੇ ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਪਰ ਉਹ ਮਾਂ ਦਾ ਪਿਆਰ ਨਾ ਕਦੀ ਲੱਭਿਆ ਨਾ ਕਦੀ ਲੱਭਣਾ। ਕਹਿੰਦੇ ਨੇ ਸਿਆਣੇ ਕਿ ਮਾਂ ਦੀ ਝੋਲੀ 'ਚ ਦੁਨੀਆਂ ਦੇ ਸੁੱਖ ਅਤੇ ਪਿਆਰ ਨੇ, ਅਤੇ ਕਹਿੰਦੇ ਨੇ ਲੋਕ ਕਿ ਮਾਂ ਦੇ ਕਦਮਾਂ 'ਚ ਜੰਨਤ ਹੈ। ਜੰਨਤ ਦੇਖੀ ਨਹੀਂ ਕਿਸੇ ਨੇ, ਪਰ ਮਾਂ ਦੇ ਕਦਮਾਂ 'ਚ ਕਹਿੰਦੇ ਜੰਨਤ ਹੈ। ਐਡਾ ਉੱਚਾ ਦਰਜਾ ਹੈ ਇਹਨਾਂ ਦੇਵੀਆਂ ਦਾ, ਇਹਨਾਂ ਮਾਵਾਂ ਦਾ, ਪਰ ਜਦੋਂ ਚਲੇ ਜਾਣ ਫਿਰ ਆਪਾਂ ਨੂੰ ਬਹੁਤ ਕਮਜ਼ੋਰੀ ਦਾ ਆਲਮ ਦਾ ਸਹਿਣਾ ਕਰਨਾ ਪੈਂਦਾ ਹੈ, ਪਰ ਕਰ ਕੁਝ ਨਹੀਂ ਸਕਦੇ। ਜਿਸ ਠਾਕਰ ਸੇ ਨਾਹੀਂ ਚਾਰਾ ਤਾਂ ਕੋ ਕੀਜੇ ਸਦਾ ਨਮਸਕਾਰਾ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੀ ਸੇ ਕੀਜੇ। ਇੱਥੇ ਆ ਕੇ ਹਾਰ ਜਾਂਦੇ ਹਾਂ, ਇਹ ਲਾਈਫ ਦੀ ਸਟਰਗਲ ਇੱਥੇ ਆ ਕੇ ਮੁੱਕ ਜਾਂਦੀ ਹੈ। ਆਪਾਂ ਵੀ ਇਸ ਰਾਹ ਤੇ ਕਿਤੇ ਇੱਕ ਦਿਨ ਜਾਣਾ ਹੈ, ਪਰ ਥੰਮਣਾ ਪਰਿਵਾਰ ਦੀ ਜ਼ਰੂਰ ਸਿਫਤ ਕਰਨ ਦੀ ਚਾਹੀਦੀ ਹੈ ਸਾਰਿਆਂ ਨੂੰ, ਅੰਕਲ ਜੀ ਦੀ, ਜਿਵੇਂ ਆਪਾਂ ਸਾਰਿਆਂ ਨੇ ਆਖਿਆ ਆਪਾਂ ਜਾਣਦੇ ਹਾਂ, ਅਤੇ ਪਰਿਵਾਰ ਦਾ ਨਾਮ ਵੀ ਹਿਸਟਰੀ ਵਿੱਚ ਲਿਖਿਆ ਗਿਆ। ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਆਪਣੀ ਸੁਸਾਇਟੀ ਨੂੰ, ਆਪਣੀ ਕਮਿਊਨਿਟੀ ਨੂੰ, ਪੰਜਾਬ ਨੂੰ, ਇਸ ਪਵਿੱਤਰ ਧਰਤੀ ਨੂੰ। ਜਿਹੜੀ ਕਿ ਕਮਾਈ ਇਹਨਾਂ ਮਾਵਾਂ ਦੀ ਹੈ, ਇਹਨਾਂ ਬਜ਼ੁਰਗਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਸਾਰੀ ਸੰਗਤ ਨੇ ਕੀਤੀ ਹੈ ਕਿ ਗੁਰੂ ਮਹਾਰਾਜ ਮਾਤਾ ਜੀ ਨੂੰ ਸਦਾ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਅਤੇ ਪਿੱਛੇ ਆਪਾਂ ਸਾਰਿਆਂ ਨੂੰ ਪਰਿਵਾਰ ਨੂੰ ਇਸ ਪਾਣੇ ਨੂੰ ਮੰਨਣ ਦੀ ਸ਼ਕਤੀ ਦੇਣ, ਸਮਰੱਥਾ ਦੇਣ, ਹੌਸਲਾ ਦੇਣ। ਗੁਰਬਾਣੀ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਜਿੰਨੀ ਸੇਵਾ ਮਾਤਾ ਜੀ ਮਾਤ ਲੋਕ ਵਿੱਚ ਕਰਕੇ ਗਏ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਸਦਾ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਇੰਨਾ ਕੁਛ ਕਹਿੰਦਾ ਹੋਇਆ ਉਸ ਮਹਾਨ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਸਾਰੀ ਸੰਗਤ ਤੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਾਦ ਬਤਾਇਆ ਜਾਏਗਾ, ਉਸ ਉਪਰੰਤ ਗੁਰੂ ਕੱਲਣ ਨੂੰ ਤਿਆਰ ਹੈ ਸਾਰਿਆਂ ਨੇ ਛੱਕ ਕੇ ਜਾਣਾ, ਔਰ ਸਾਰੀ ਸੰਗਤ ਦਾ ਇੱਕ ਵਾਰ ਫਿਰ ਥਮਾਨ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।